ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਹਰ ਰੋਜ਼ ਮੈਂ ਕੋਸ਼ਿਸ਼ ਕਰਦਾ ਵੀਰਾਂ ਵਾਸਤੇ ਜਨਾਬ ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਅੱਜ ਫਿਰ ਦੋਸਤਾਂ ਵਾਸਤੇ ਜਨਾਬ ਇੱਕ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਏ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲੇ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਈਏ। ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੀ ਹਰ ਨਈ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮੇਰੇ ਵੀਰਾਂ ਦੋਸਤਾਂ ਤੱਕ ਪਹੁੰਚਣ। ਜਨਾਬ ਡੇਲੀ ਦੀ ਨਿਸਬਤ ਅੱਜ ਦੋਸਤਾਂ ਵਾਸਤੇ ਇੱਕ ਨਜਾਬ ਕਿਸਮ ਦਾ ਜਾਨਵਰ ਲੈ ਕੇ ਆਏ ਹਾਂ। ਤਾਜ਼ਾ ਸੂਈ ਹੈ, ਬਾਈ ਨੇ ਫੋਨ ਕੀਤਾ, ਮੌਕੇ ਤੇ ਪਹੁੰਚਿਆ। ਕੋਈ ਵਪਾਰ ਦੀ ਨਹੀਂ, ਇਹ ਘਰ ਦੀ ਵੈੜ ਹੈ। ਮਾਸ਼ਾਅੱਲਾ ਮੇਰੇ ਕੈਮਰੇ ਦੀ ਨਜ਼ਰ ਦੇ ਸਾਹਮਣੇ ਜਨਾਬ ਕੋਈ ਚੀਜ਼ ਵੀ ਤੁਹਾਡੇ ਤੋਂ ਓਝਲ ਨਹੀਂ। ਸਭ ਤੋਂ ਪਹਿਲਾਂ ਜਨਾਬ ਤੁਸੀਂ ਜਾਨਵਰ ਦੀ ਹਾਈਟ ਚੈੱਕ ਕਰਨੀ ਹੈ। ਬੰਦੇ ਤੋਂ ਉੱਚੀ ਹਾਈਟ ਵਾਲਾ ਜਾਨਵਰ ਅੱਲਾ ਦੇ ਫਜ਼ਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵੀਰ ਨੇ ਸਾਜਨ ਵਿਕ ਨੇ ਮੇਰਾ ਸਾਹੀਵਾਲ ਟੀਵੀ ਤੇ ਵਿਖਾਇਆ। ਜਾਨਵਰ ਦੇ ਤੁਸੀਂ ਪੁੱਠੇ ਖੁੱਡੇ ਲਾਮ ਚੈੱਕ ਕਰਨੀ ਹੈ। ਮਾਸ਼ਾਅੱਲਾ ਵਿਹੜੇ ਜਿੱਡੀ ਵੈੜ ਖੁੱਡੇ ਵੇਖ ਸਕਦੇ ਜੇ ਮੇਰੇ ਵੀਰ ਦੋਸਤ ਜਨਾਬ। ਪ੍ਰਿੰਟ ਲਾਜਵਾਬ, ਕੋਈ ਜ਼ੂਮ ਨਹੀਂ ਕੀਤਾ ਹੋਇਆ। ਜਾਨਵਰ ਦੀ ਤੁਹਾਨੂੰ ਜਿਹੜੀ ਓਰੀਜਨਲ ਹਾਈਟ ਵਿਖਾ ਰਹੇ ਹਾਂ ਜਨਾਬ। ਬੰਦੇ ਤੋਂ ਮੱਥੇ ਦੀ ਉੱਚੀ ਹਾਈਟ ਹੈ ਜਨਾਬ। ਦੂਸਰੀ ਸਾਈਡ 'ਤੇ ਬੰਦਾ ਖੜਿਆ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵਾਕਈ ਜਾਨਵਰ ਦੀ ਜਿਹੜੀ ਹਾਈਟ ਹੈ ਲਾਜਵਾਬ ਹੈ। ਉਸ ਤੋਂ ਬਾਅਦ ਜਿਹੜੀ ਹਵਾਨੇ ਦੀ ਵੰਡ ਹੈ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਜਨਾਬ, ਖਾੜਾਂ ਵਾਲਾ ਹਵਾਨਾ ਜੇ ਕੈਮਰੇ ਦੀ ਨਜ਼ਰ ਦੇ ਸਾਹਮਣੇ ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। ਬੜਾ ਅਸੀਲ ਸ਼ਰੀਫ ਜਾਨਵਰ ਜਨਾਬ, ਲੱਤ ਵੀ ਨਹੀਂ ਚੱਕਦਾ, ਖਾੜਾਂ ਵਾਲਾ ਹਵਾਨਾ। ਤੁਰਨ ਫਿਰ ਵੀ ਵੀਰਾਂ ਦੋਸਤਾਂ ਚੈੱਕ ਕਰਾਵਾਂਗੇ। ਕਾਂ ਥਣ ਲੱਗਿਆ ਜਨਾਬ, ਭਵਰ ਵਾਲਾ ਥਣ, ਮੋਟਾ ਥਣ, ਅਤੇ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ ਐਸੇ ਖੂਬਸੂਰਤ ਥੀਰੇ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਹੀਵਾਲ ਟੀਵੀ 'ਤੇ ਨਜ਼ਰ ਆਉਣਗੇ। ਕਾਂ ਥਣ ਭਵਰ ਵਾਲਾ ਲੱਗਾ ਹੈ, ਵਿਰਲਾਂ ਪੂਰੀਆਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮਰਲੇ ਮਰਲੇ ਦੀ ਵਿਰਲ ਅਤੇ ਜਨਾਬ ਨਾਯਾਬ ਜਾਨਵਰ ਸੀਰੋ ਓਰੀਜਨਲ ਮੋਨਾ ਜੇ ਵੇਖ ਸਕਦੇ ਜੀ ਤੁਸੀਂ। ਜਿਹੜਾ ਪੋਲ ਬਣਿਆ ਹੋਇਆ ਹੈ ਸਿੰਘ ਦਾ ਬਿਲਕੁਲ ਵੀ ਨਿਸ਼ਾਨ ਨਹੀਂ। ਤੁਰਨ ਫਿਰ ਵੀ ਵੀਰਾਂ ਨੂੰ ਚੈੱਕ ਕਰਾਵਾਂਗੇ ਕੈਮਰੇ ਦੀ ਨਜ਼ਰ ਦੇ ਸਾਹਮਣੇ। ਥੋੜ੍ਹੀ ਲੰਮਾ ਥੋੜ੍ਹਾ ਜਿਹਾ ਇਸ ਸਾਈਡ ਨੂੰ ਤੋਰ ਲੈ, ਇਸ ਸਾਈਡ ਨੂੰ ਤੋਰ ਲੈ। ਬਾਕੀ ਸਭ ਡਿਟੇਲ ਲੈ ਲਾਂਗੇ ਮਾਲਕਾਂ ਤੋਂ, ਕਿੰਨਵਾਂ ਸੁਬਾ ਡਿਲੀਵਰ ਕੀਤਾ, ਬੋਲਾ ਕਿੰਨਾ, ਸਭ ਗਰੰਟੀਆਂ ਲੈ ਕੇ ਦੇਵਾਂਗੇ ਮਾਲਕਾਂ ਤੋਂ ਜਨਾਬ। ਤੁਰਨ ਫਿਰਨ ਮੇਰੇ ਵੀਰ ਦੋਸਤ ਵੇਖ ਸਕਦੇ ਨੇ, 16 ਨੇ ਤੁਰਨ ਫਿਰਨ, ਕੋਈ ਸਰ ਨਹੀਂ, ਕੋਈ ਕੁਛ ਨਹੀਂ, ਕੈਮਰੇ ਦੇ ਰੱਖ ਦੇ ਸਾਹਮਣੇ ਜਨਾਬ। ਇਨਸ਼ਾਅੱਲਾ ਸਾਡੀਆਂ ਕੋਸ਼ਿਸ਼ਾਂ ਮਿਹਨਤਾਂ ਹਮੇਸ਼ਾ ਹੁੰਦੀਆਂ ਰਹਿਣਗੀਆਂ। ਅੱਛੇ ਅਤੇ ਖੂਬਸੂਰਤ ਜਾਨਵਰ ਤੁਹਾਡਾ ਵੀਰ ਲੈ ਕੇ ਮੇਰਾ ਸਾਹੀਵਾਲ ਟੀਵੀ 'ਤੇ ਹਮੇਸ਼ਾ ਹਾਜ਼ਰ ਹੁੰਦਾ ਰਹੇਗਾ। ਜਾਨਵਰ ਤੁਸੀਂ ਤਸੱਲੀ ਕਰਨੀ ਹੈ ਜਨਾਬ, ਇਹਦੇ ਪਿੱਛੇ ਬੱਚਾ ਜੇ। ਬਾਕੀ ਸਭ ਜਿਹੜੀ ਡਿਟੇਲ ਹੈ ਉਹ ਲੈ ਲੈਂਦੇ ਮਾਲਕਾਂ ਤੋਂ, ਜਾਨਵਰ ਦੀ ਤੁਸੀਂ ਤਸੱਲੀ ਕਰ ਲੈਣੀ ਹੈ। ਬੜਾ ਹੀ ਬਰੀਕ ਵੈੜ ਹੈ ਮਾਸ਼ਾਅੱਲਾ, ਨਸਲ ਜ਼ਾਤ ਵਾਲਾ ਜਾਨਵਰ ਹੈ ਜਨਾਬ। ਗਰਮੀ ਸਰਦੀ ਨੂੰ ਫੇਸ ਕਰਨ ਵਾਲਾ, ਜਿਵੇਂ ਕਿ ਮੌਸਮ ਚੇਂਜ ਹੋ ਰਿਹਾ ਕਿ ਇਹ ਜਾਨਵਰ ਐਸੇ ਨੇ ਆਲਰਾਊਂਡਰ ਜਾਨਵਰ ਜਿਹੜੇ ਗਰਮੀ ਨੂੰ ਫੇਸ ਕਰਨਗੇ, ਕਰਕਣਗੇ ਨਹੀਂ, ਅੱਜ ਦੁੱਧ ਦੀ ਪੈਦਾਵਾਰ ਵੀ ਕੰਮ ਨਹੀਂ ਕਰਨਗੇ। ਇਹ ਪਿੱਛੇ ਇਹਦੇ ਬੱਚਾ ਤੁਹਾਨੂੰ ਵਿਖਾ ਦਿੰਦੇ ਮੇਰੇ ਵੀਰ ਦੋਸਤ ਜਨਾਬ, ਤਸੱਲੀ ਕਰ ਲੈਣਾ ਹੈ। ਪਿੱਛੇ ਬੱਚਾ ਹੈ, ਬੱਚਾ ਹੀ ਨਾ ਜੀ, ਬੱਚਾ ਹੈ, ਇਹ ਨਾ ਦੇਖ ਲਓ ਕੁਛ ਕਹਿਤੇ ਹੀ ਹੋਏ ਸੂਈ ਨੇ ਜੇ। ਬਾਕੀ ਬੋਲੇ ਦੀ ਜੀ ਡਿਟੇਲ ਹੈ, ਸਾਬਰ ਕਾਰਡ, ਸਭ ਡਿਟੇਲ ਜਿਹੜੀ ਉਹ ਮਾਲਕ ਤੋਂ ਲੈ ਲੈਂਦੇ ਹਾਂ ਜਨਾਬ। ਇਨਸ਼ਾਅੱਲਾ ਅੱਜ ਬੜੇ ਪਿਆਰ ਵਾਲੇ ਅਤੇ ਮੁਹੱਬਤ ਵਾਲੇ ਰੇਟ ਕਰਾਂਗੇ। ਜਾਨਵਰ ਮਾਸ਼ਾਅੱਲਾ ਬੜੇ ਲਾਜਵਾਬ ਹੈ, ਆਊਟ ਕਲਾਸ ਹੈ, ਪੀਸ ਪੀਸ ਹੈ ਵੀਰਾਂ ਵਾਸਤੇ ਜਨਾਬ। ਬਾਕੀ ਜਿਹੜੀ ਡਿਟੇਲ ਆਪਾਂ ਗੱਲਬਾਤ ਹੈ ਉਹ ਭਾਈ ਹੋਰਾਂ ਨਾਲ ਕਰ ਲੈਂਦੇ ਹਾਂ। ਜਾਨਵਰ ਦੇ ਜਨਾਬ ਵੀਰਾਂ ਦੋਸਤਾਂ ਨੇ ਕਰ ਲਈ ਤਸੱਲੀ, ਭਾਈ ਹੋਰੇ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ, ਪਹਿਲੀ ਪਹਿਲੀ ਵੀਡੀਓ ਉਹਨਾਂ ਦੀ, ਇਸ ਵਜ੍ਹਾ ਤੋਂ ਕੈਮਰੇ ਤੋਂ ਥੋੜ੍ਹਾ ਸ਼ਰਮਾ ਰਹੇ ਨੇ। ਉਹ ਗੱਲਬਾਤ ਕਹਿੰਦੇ ਅਸੀਂ ਵੈਸੇ ਕਰਨੇ ਹਾਂ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ ਭਾਈ ਜਾਨ, ਕੀ ਹਾਲ ਚਾਲ ਨੇ? ਅਲਹਮਦੁਲਿਲਾ ਭਾਈ ਜਾਨ, ਠੀਕ ਠਾਕ ਜੀ, ਅਲਹਮਦੁਲਿਲਾ। ਭਾਈ ਜਾਨ ਪਹਿਲੇ ਤਾਂ ਇਹ ਦੱਸੋ, ਜਿਹੜਾ ਜਾਨਵਰ ਆਪਣਾ ਵਪਾਰ ਦਾ ਹੈ ਘਰ ਦਾ, ਸਹੀ ਗੱਲ ਕਰਨੀ ਗਲਤ ਬਿਆਨ ਨਹੀਂ? ਭਾਈ ਜਾਨ ਘਰ ਦਾ ਜਾਨਵਰ ਹੈ, ਘਰ ਦਾ ਜੰਪਲ, ਘਰ ਦਾ ਜਾਨਵਰ ਆਪਣਾ। ਹਾਂ, ਦੂਸਰਾ ਸੂਆ ਇਹਨੇ ਡਿਲੀਵਰ ਕੀਤਾ। ਠੀਕ ਹੋ ਗਿਆ ਜੀ, ਦੂਸਰਾ ਸੂਆ ਸੂਈ, ਅਗਲੇ ਸੂਏ ਆਪਾਂ ਖਰੀਦੀ ਸੀ। ਠੀਕ ਹੋ ਗਿਆ ਜੀ। ਹਾਂ, ਤੇ ਇਹਦਾ ਸਾਫ ਕਰ ਕਾਰਡ ਥੋੜਾ ਦੱਸ ਦਿਓ ਦੋਸਤਾਂ ਨੂੰ ਵੀ, ਸਾਫ ਕਰ ਕਾਰਡ ਕਿੰਨਾ ਕਿੰਨਾ ਦੁੱਧ ਕਰਦੀ ਰਹੀ ਹੈ?
ਨਾਰਮਲ ਰੂਟੀਨ ਖੁਰਾਕ ਦੇ ਵਿੱਚ 5-26 ਲੀਟਰ ਕਰਦੇ ਨੇ ਸਾਡੂ ਘਰੇਲੂ ਖੁਰਾਕ ਤੇ ਵੀ ਯਾਨੀ ਕਿ ਅੱਛਾ ਅੱਛਾ ਠੀਕ ਹੈ ਰੋਟੀਆਂ ਛੋਟੀਆਂ ਤੇ ਅਸੀਂ ਪਾਈ ਰੱਖਦੇ ਵੀ ਘਰ ਦੀਆਂ ਨਹੀਂ ਹੁੰਦੀਆਂ ਕਿਹੜਾ ਵੀ ਇੱਥੇ ਸਹੀ ਹੋ ਗਿਆ ਜਨਾਬ ਅੱਛਾ ਕਿੰਨੀ ਦੇਰ ਦੀ ਸੂਈ ਹੈ ਸੂਈ ਹੈ ਇਹਨ ਮੇਰੇ ਖਿਆਲ ਚ ਘੱਟ ਤੋਂ ਘੱਟ ਵੀ 3.5-4 ਘੰਟੇ ਹੋ ਗਏ 3.5-4 ਘੰਟੇ ਹੋ ਗਏ ਨੇ ਕੋਈ ਬੋਲਾ ਫੱਕਾ ਕੱਢਿਆ ਵੀ ਕਿ ਕੋਈ ਨਹੀਂ ਬੋਲਾ ਭਾਈਆਂ ਤੁਹਾਨੂੰ ਦਿਖਾ ਦਿੰਦੇ ਅੰਦਰ ਬਾਲਟੀਆਂ ਹੀ ਪਿਆ ਜੀ 10 ਸਿਰ ਦੇ ਨੇੜ ਬੋਲਾ ਕੱਢਿਆ ਅੱਛਾ ਜੀ ਕੋਈ ਸਾਰੀ ਗਾਂ ਕਹਿੰਦੇ ਖਾ ਲਈ ਜੀ ਸਹੀ ਹੋਗਾ ਜੀ ਤਾਜ਼ਾ ਜਾਨਵਰ ਹੁੰਦਾ ਸੂਆ ਸਹੀ ਹੋਗਾ ਜੀ 10 ਲੀਟਰ ਮਤਲਬ ਕੱਢਿਆ 10 ਲੀਟਰ ਕੱਢਿਆ ਬਾਕੀ ਹੈ ਥਣ ਵੀ ਨਜ਼ਰ ਆ ਜਾਏ ਚੁਆਈ ਕੀਤੀ ਹੈ ਸਹੀ ਹੋਗਾ ਤੇ ਪਿੱਛੇ ਦੇ ਕੀ ਹੈ ਪਿੱਛੇ ਨਾ ਬੱਚਾ ਪਿੱਛੇ ਬੱਚਾ ਜਨਾਬ ਅੱਛਾ ਮੂੰਹ ਕਿਵੇਂ ਮੂੰਹ ਪੂਰੀ ਹੈ ਭਾਈ ਦੂਸਰੇ ਵਾਰੇ ਹੈ ਦੂਸਰੇ ਵਾਰੇ ਕਨਫਰਮ ਕਨਫਰਮ ਹੈ ਭਾਈ ਅੱਛਾ ਜੀ ਇਹਦਾ ਹੁਣ ਮੁਹੱਬਤ ਵਾਲਾ ਮੁੱਲ ਕੀ ਹੈ ਪਿਆਰ ਦੇ ਮੁਹੱਬਤ ਵਾਲਾ ਮੁੱਲ ਉਵੇਂ ਤਾਂ ਜਿਹੜੇ ਉਵੇਂ ਆਮ ਬੰਦੇ ਆਉਂਦੇ ਨੇ ਸਾਡੇ ਕੋਲੇ ਵੀ ਜੀ ਜੀ ਆਪਾਂ ਕਰਨਾ ਮੁਹੱਬਤ ਵਾਲਾ ਮੁੱਲ ਜਿੰਨੇ ਦੀ ਆਪਾਂ ਦੇਣੀ ਹੈ ਸਸਤਾ ਲੈਣ ਵਾਲੇ ਆਉਂਦੇ ਤੋਂ ਨਾ ਕਿ ਤੁਸੀਂ 4.5-5 ਲੱਖ 5 ਲੱਖ ਮੁੱਲ ਕਰ ਲਈ ਸਹੀ ਹੋਗਾ ਜੀ ਤੇ ਬਾਕੀ ਤੁਸੀਂ ਹੁਣ ਭਰਾ ਜੇ ਫਿਰ ਵੇਚਣੀ ਹੈ ਚੈਨਲ ਤੇ ਤੁਸੀਂ ਕਿ ਵੀਡੀਓ ਪਾਣੀ ਰੇਟ ਫਾਈਨਲ ਹੋਣਾ ਚਾਹੀਦਾ ਜੀ ਪੱਕਾ ਜਿਹਾ ਰੇਟ ਕਰੋ ਜਿੰਨੇ ਦੀ ਆਪਾਂ ਦੇਣਾ ਜਾਂਦਾ 3,85,000 ਦੀ ਵੈਟ ਦੇ ਦੇ 3,85,000 ਇਹਦੇ ਵਿੱਚ ਕੋਈ ਗੁਜਾਇਸ਼ ਕੋਈ ਪਿਆਰ ਮੁਹੱਬਤ 3,85,000 ਜ਼ਿਆਦਾ ਨਹੀਂਗਾ ਕੋਈ ਮੁਹੱਬਤ ਕਰੋ ਕੋਈ ਹੋਰ ਇਹ ਗੱਲ ਐਵੇਂ ਹੀ ਹੈ ਕਿ ਤੁਸੀਂ ਕਿਹਾ ਵੀ ਪਿਆਰ ਮੁਹੱਬਤ ਵਾਲਾ ਬੋਲ ਕਰਨਾ ਉਹ ਜਿਹੜਾ ਉਹ ਬੰਦੇ ਆ ਤੇ ਚਸਕੇ ਲੈਣ ਵਾਲੇ ਵੀ ਸਾਡੇ ਕੋਲ ਸਹੀ ਹੋ ਗਿਆ ਜੀ ਉਹਨਾਂ ਨੂੰ ਅਸੀਂ ਮੁੱਲ 4.5-5 ਲੱਖ ਠੀਕ ਹੋ ਗਿਆ ਜੀ ਐਵੇਂ ਹੀ ਹੈ ਵੀ ਹੁਣ ਤੁਸੀਂ ਆ ਜੇ ਤੁਸੀਂ ਵੇਚਣੀ ਹੈ ਤੇ ਇਹਦਾ ਪਿਆਰ ਮੁਹੱਬਤ ਵਾਲਾ ਹੀ ਮੁੱਲ ਅਸੀਂ ਦੱਸ ਦੇ ਜਾਣੇ ਕੀਤਾ ਤੁਹਾਡੇ ਨਾਲ 3,85,000 ਜੋ ਕੋਈ ਪਿਆਰ ਮੁਹੱਬਤ ਹੋਵੇਗਾ ਉਥੋਂ ਇਹ ਕਸਮ ਤਾਂ ਵਾਲੀ ਗੱਲ ਤਾਂ ਕੋਈ ਨਹੀਂ ਹੁੰਦੀ ਬਾਕੀ ਅੱਲਾ ਵਾਰਸ ਹੋ 19-23 ਕਿ 19-20 ਅਲਜਾਓ ਨਾ ਤੁਸੀਂ ਅਸੀਂ ਜੱਟ ਜੇ ਬੰਨੇ ਆ ਤੇ ਸਿੱਧੇ ਸਿੱਧੇ ਸਵਾਲ 19-23 ਕਰੋਗੇ 19-20 ਕਰੋਗੇ 23 ਦਾ ਸਾਨੂੰ ਵੀ ਪਤਾ ਹੁਣ ਸਾ ਕੀ ਕਰੋਗੇ ਠੀਕ ਹੋਗਾ ਜੀ 19 ਠੀਕ ਹੋਗਾ ਜੀ 3,85,000 ਤੋਂ ਪਿਆਰ ਮੁਹੱਬਤ ਹੋਵੇਗਾ ਕਰ ਲਿਆ ਜੀ ਹੁਣ ਤੁਸੀਂ ਕਰਨਾ ਕੀ ਕਰਦੇ ਜੀ ਓਕੇ ਓਕੇ ਜਨਾਬ ਵੀਰਾ ਦੋਸਤਾਂ ਨੇ ਰੇਟ ਸੁਣ ਲਿਆ 3,85,000 ਰੁਪਏ ਦਵਾ ਲਈ ਤੇ ਬਾਈ ਨੇ ਕੋਈ ਵੀ ਜਾਨਵਰ ਵੀਰ ਦੋਸਤ ਸੇ ਖਰੀਦਣਾ ਚਾਹੁੰਦਾ ਸਾਡਾ WhatsApp ਤੇ ਰابطਾ ਨੰਬਰ ਨੋਟ ਕਰ ਲਓ 0322-7087-633 0322-7087-633 ਇਹ ਜਨਾਬ ਸਾਡਾ رابطਾ ਨੰਬਰ ਹੈ ਇਹ ਸਾਡਾ WhatsApp ਨੰਬਰ ਹੈ ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਹੈ ਸਾਡੀ ਵੀਡੀਓ ਐਂਡ ਤੇ ਕਮੈਂਟ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨਾਂ ਦੇ ਮੇਜ਼ਬਾਨ ਸਾਜਿਦ ਵਿਰਕ ਨੂੰ ਦੱਸਦਾ ਰੱਬ ਰੱਖਾ